ਪੈਸਾ ਲਾ ਕੇ ਫੋਟੋਆਂ ਗੀਤ ਚਲਾ ਲੈ ਕਈਆਂ ਨੇ ਇੰਡੀਆਂ ਫਿਲੀਆਂ ਜਿੰਟੂ ਕਹਿੰਦੀ ਪੈਰ ਪੈਰ ਤੇ ਵਿਕਦੇ ਨੇ ਨਿੱਤ ਨਵਾਂ ਕੋਈ ਖਸਮ ਨੇ ਕਰਦੇ ਇੱਕ ਤੇ ਕਿੱਥੇ ਟਿਕਦੇ ਨੇ ਉਹ ਸਾਡੇ ਵਾਲੀ ਸ਼ਿਟ ਟੋਕਾਂ ਦੇ ਸਾਡੇ ਕੋਲੇ ਸਿੱਖਦੇ ਨੇ ਅੱਜ ਵੀ ਜੇ ਕੋਈ ਪਿਓ ਪੁੱਛਦਾ ਤਾਂ ਨਾ ਸਿੱਧੂ ਦਾ ਲਿਖਦੇ ਨੇ ਪੇੜ ਕਲੈਪਾਂ ਕਰਕੇ ਚੁੱਪ ਹਾਂਜੀ ਮਿੱਤਰੋ ਕੀ ਹਾਲ ਚਾਲ ਹੋਊ ਤੁਸੀਂ ਸਾਰਿਆਂ ਨੇ ਘੈਂਟ ਹੋ ਤੇ ਵਧੀਆ ਹੋ ਤਾਂ ਅੱਜ ਫਿਰ ਅਸੀਂ ਤੁਹਾਡੇ ਲੈ ਕੇ ਨਵੀਂ ਰਿਐਕਸ਼ਨ ਵੀਡੀਓ ਜਿਹੜੀ ਕਿ ਹੈਗੀ ਹੈ ਸਿੱਧੂ ਮੂਸੇਵਾਲ ਦੇ ਗਾਣੇ 'ਤੇ ਐਂਡ ਆਪਾਂ ਥੋੜ੍ਹਾ ਜਿਹਾ ਬਿਜ਼ੀ ਚੱਲ ਰਹੇ ਸੀ ਇਸ ਕਰਕੇ ਵੇ ਅਹੈਡ ਦੀ ਨਈ ਈਪੀ ਪੂਰੀ ਮੈਂ ਰਿਐਕਟ ਕਰ ਪਾਇਆ ਉਹਦੇ ਲਈ ਸੋਰੀ ਹੈ ਬਿਕੋਜ਼ ਤੁਹਾਨੂੰ ਪਤਾ BGMI 'ਚ ਹੁਣੇ ਹੁਣੇ ਨਵਾਂ ਸੀਜ਼ਨ ਆਇਆ ਸੀਗਾ ਜਿਹੜੇ ਜਣੇ ਪਬਜੀ ਖੇਡਦੇ BGMI ਖੇਡਦੇ ਉਹਨਾਂ ਨੂੰ ਪਤਾ ਅਤੇ ਆਪਾਂ ਉਹਦੇ 'ਤੇ ਡੂਓ 'ਚ ਟੋਪ 1 'ਤੇ ਚੱਲ ਰਿਹਾ ਸੋ ਪੰਜਾਬੀਜ਼ ਆਰ ਔਨ ਟੋਪ 1 ਰਾਈਟ ਨਾਓ ਅਤੇ ਆਪਾਂ ਉਹਦੇ 'ਤੇ ਲੈਵਲ ਟੋਪ 1 ਕਰ ਦਿੱਤਾ ਅਤੇ ਉੱਥੇ ਆਪਾਂ ਪੋਜੀਸ਼ਨ ਹੋਲਡ ਕੀਤੀ ਉਹਦੇ ਕਰਕੇ ਕੰਟੀਨਿਊ ਗੇਮ ਖੇਡ ਰਿਹਾ ਸੀਗਾ ਮੈਂ ਲਾਈਕ ਪਿਛਲੇ ਇੱਕ ਹਫ਼ਤੇ ਤੋਂ ਕੰਟੀਨਿਊ 14 ਘੰਟੇ ਗੇਮ ਖੇਡੀ ਹੈ ਤਾਂ ਸਿਰਫ ਉਹ ਹੈਸ਼ਟੈਗ 1 ਅਚੀਵ ਕਰਨ ਲਈ ਸੋ ਪਲੀਜ਼ ਸਾਰਿਆਂ ਨੇ ਉੱਥੇ ਸਪੋਰਟ ਕਰੋ ਐਂਡ ਮੈਂ ਪ੍ਰੋਮਿਸ ਕਰਦਾ ਰਿਐਕਸ਼ਨ ਵੀਡੀਓਜ਼ ਇਸ ਤੋਂ ਬਾਅਦ ਕੰਟੀਨਿਊ ਬੇਸਿਸ 'ਤੇ ਆਉਣਗੀਆਂ ਬਿਕੋਜ਼ ਔਰ ਵੇ ਅਹੈਡ ਦੀ ਸਾਰੀ EP ਮੈਂ ਕਰੂੰਗਾ ਰਿਐਕਟ ਉਹਦੇ ਮੈਂ ਸੱਚੀ ਗੱਲ ਕਹਿ ਰਿਹਾ ਮੈਂ ਸਿਰਫ ਗੈਂਗਸਟਰ ਸੌਂਗ ਤੋਂ ਬਾਅਦ ਇੱਕ ਵੀ ਗਾਣਾ ਹੁਣ ਤੱਕ ਉਹਦਾ ਨਹੀਂ ਸੁਣਿਆ ਸਿਰਫ ਐਸੀ ਰੀਜ਼ਨ ਕਰਕੇ ਕਿ ਮੈਂ ਇਹਦੇ 'ਤੇ ਰਿਐਕਸ਼ਨ ਕਰਨੀ ਆ ਹੁਣ ਤੱਕ ਮੈਂ ਵੇਟ ਕਰਕੇ ਬੈਠਾ ਸੋਚੋ ਮੇਰੇ ਸਾਹਮਣੇ ਇੰਨੀ ਵਾਰੀ ਆਇਆ ਨਾ ਮੈਂ ਉਹਨੂੰ ਕਲਿੱਕ ਨਹੀਂ ਕੀਤਾ ਬਟ ਠੀਕ ਹੈ ਬਾਕੀ ਸਾਰੀਆਂ ਗੱਲਾਂ ਕਰਾਂਗੇ ਬਾਅਦ 'ਚ ਅਤੇ ਦੇਖਦੇ ਹਾਂ ਇਹ ਵਾਲੇ ਗਾਣੇ 'ਚ ਸਿੱਧੂ ਮੂਸੇਵਾਲਾ ਜਿਹੜਾ ਲੈਵਲਸ ਆਇਆ ਇਹਦੇ ਵਿੱਚ ਲੈਵਲ ਕੀ ਸੈੱਟ ਕੀਤਾ ਹੈ ਨਾ ਲੈਵਲ ਦੇਖਾਂਗੇ ਮਿਊਜ਼ਿਕ ਇੰਡਸਟਰੀ ਦਾ ਕੀ ਸੈੱਟ ਕੀਤਾ ਸਿੱਧੂ ਮੂਸੇਵਾਲ ਨੇ ਅਤੇ ਜੇ ਤੁਹਾਨੂੰ ਰਿਐਕਸ਼ਨ ਵੀਡੀਓ ਵਧੀਆ ਲੱਗਦੀ ਹੈ ਜੇ ਤੁਹਾਨੂੰ ਗੇਮਿੰਗ ਪਸੰਦ ਹੈ ਪਲੀਜ਼ ਮੇਕ ਸ਼ੋਰ ਸਾਰਿਆਂ ਨੇ ਗੇਮਿੰਗ ਚੈਨਲ ਇਸ ਚੈਨਲ 'ਤੇ ਹੁੰਦੀ ਹੈ ਸਾਰਿਆਂ ਨੇ ਸਬਸਕ੍ਰਾਈਬ ਕਰੋ ਸਪੋਰਟ ਕਰੋ ਐਂਡ ਆਪਾਂ 20,000 ਸਬਸਕ੍ਰਾਈਬਰ ਦੇ ਬਹੁਤ ਜ਼ਿਆਦਾ ਕਲੋਜ਼ ਹਾਂ ਅਤੇ ਸਪੋਰਟ ਕਰੋ ਅਤੇ ਦੇਖਦੇ ਹਾਂ ਗਾਣਾ ਕਿੰਨਾ ਜ਼ਿਆਦਾ ਘੈਂਟ ਆ ਅਤੇ ਕਿੰਨਾ ਕੁ ਜ਼ਿਆਦਾ ਵਧੀਆ क्या बात है यार एंड डिड नॉट डिग यू ना क्या कॉन्सेप्ट है नाइस यार ਬਾਈ ਨੋਟ ਜੁੱਤੀ ਚ ਪਾਏ ਹੋਏ ਨੇ ਲਾਈਫ ਟਾਈਮ ਦੀ ਪੈਨਸ਼ਨ ਮੰਗਦਾ ਹੈ ਨਹੀਂ ਮਾੜੀ ਜਨਾਨੀ ਵਾਂਗੂ ਨਹੀਂ ਸਾਲੇ ਮੈਥੋਂ ਟੈਨਸ਼ਨ ਮੰਗਦਾ ਹੈ ਨਹੀਂ ਕੀ ਬਾਤ ਹੈ ਬਿਨਾ ਗੱਲਾਂ ਵਿੱਚ ਆਉਣਾ ਚਾਹੁੰਦੇ ਸਾਡੇ ਰਾਈਵਲ ਦੇ ਨਹੀਂ ਹਾਰਦੀ ਏ ਜਿੰਨਾ ਨਾ ਕੰਪੇਅਰ ਕਰੇ ਸਾਡੇ ਰਾਈਵਲ ਦੇ ਨਹੀਂ ਹਾਰਦੀ ਏ ਕੀ ਬਾਤ ਹੈ ਛੋਟਾ ਬਾਈ ਛੋਟਾ ਕੀ ਬਾਤ ਹੈ ਬਾਕੀ ਯਾਰ ਲਿਰਿਕਸ ਤੇ ਮਿਊਜ਼ਿਕ ਵਿੱਚ ਨਹੀਂ ਬੀਟ ਕਰ ਸਕਦਾ ਯਾਰ ਕੋਈ ਇੰਡਸਟਰੀ ਸਿਰਾ ਛੱਕਿਆਂ ਦੀ ਸਿੱਧਾ ਕੁਝ ਨਹੀਂ ਮੂਰੇ ਟਾਈਵਲ ਦੇ ਨਹੀਂ ਹਾਰਦੀ ਜਿੰਨਾ ਨਾ ਕੰਪੇਅਰ ਕਰੇ ਸਾਡੇ ਲੈਵਲ ਦੇ ਨਹੀਂ ਹਾਰਦੀ ਜਿੰਨਾ ਨਾ ਕੰਪੇਅਰ ਕਰੇ ਸਾਡੇ ਲੈਵਲ ਦੇ ਨਹੀਂ ਹਾਰਦੀ ਕੀ ਬਾਤ ਹੈ ਤੇਰਾ It's like who else you really know that be setting the ball They just dropped a couple songs but they think they're a star We don't run from competition, we don't run from the law If you trying to level up, I'm the one that you call I just do this for the love, I don't do this for the bag They said meet me at the top, I looked around like where y'all at Falling if I left, fuck you if you mad I could lose everything and still double what you have I can lose everything but still double what you have sab koi lose karke bhi double hai tere naalo zyada kya baat hai yaar lyrics nice yaar kya baat hai ethe jehda love sick gaana aaya siga same vibe etho di jehda ekdam sidhu moosewala ਆਪਣੇ ਵੱਖਰੇ ਜੋਨਾਂ ਦੇ ਚਲੇ ਗਿਆ ਸੀਗਾ ਉਹ ਚੀਜ਼ ਦੇਖਣ ਨੂੰ ਮਿਲ ਰਹੀ ਹੈ
ਫੜੀ ਸੀ ਯਾਰ ਆਉਂ ਪਿੱਠੇ ਉੱਤੇ ਤਾਂ ਬਹੁਤ ਬੋਲਦੇ ਮੂੰਹ ਤੇ ਕਹਿਣੋਂ ਸੰਗਦੇ ਨੇ ਮੈਂ ਰੋਟੀ ਪਾਇਆ ਜਿੰਨਾਂ ਨੂੰ ਅੱਜ ਵਰਸ ਦੇ ਪੈਸੇ ਮੰਗਦੇ ਨੇ ਆਉਂ ਸਾਨੂੰ ਮਾਲਾ ਚੰਗਾ ਬੋਲ ਕੇ ਬੀਫ ਚਲਾ ਲੈ ਕਈਆਂ ਨੇ ਜੱਤੀਆਂ ਵੱਡੀਆਂ ਲਾ ਕੇ ਫੋਟੋਆਂ ਗੀਤ ਚਲਾ ਲੈ ਕਈਆਂ ਨੇ ਜਿੰਨੀਆਂ ਫਿੱਲੀਆਂ ਜਿੰਟੂ ਕਹਿੰਦੀ ਪੈਰ ਪੈਰ ਤੇ ਵਿਕਦੇ ਨੇ ਨਿੱਤ ਨਵਾਂ ਕੋਈ ਖਸਮ ਨੇ ਕਰਦੇ ਇੱਕ ਤੇ ਕਿੱਥੇ ਟਿਕਦੇ ਨੇ ਆਉਂ ਸਾਡੇ ਬਾਰੀ ਸ਼ਿਟ ਟੋਕਾਂ ਦੇ ਸਾਡੇ ਕੋਲੇ ਸਿੱਖਦੇ ਨੇ ਅੱਜ ਵੀ ਜੇ ਕੋਈ ਪਿਓ ਪੁੱਛਦਾ ਤਾਂ ਨਾ ਸਿੱਧੂ ਦਾ ਲਿਖਦੇ ਨੇ ਪੇੜ ਕਲੈਪਾਂ ਕਰਕੇ ਚੁੱਪ ਅੱਜ ਵੀ ਕੋਈ ਪਿਓ ਦਾ ਨਾ ਪੁੱਛਦਾ ਤੇ ਨਾ ਸਿੱਧੂ ਦਾ ਲਿਖਦੇ ਨੇ ਬਾਈ ਬੜਿਆਂ ਨੂੰ ਬੀਫ ਬੀਫ ਜਿਹੜੀ ਆਈਆਂ ਨੇ ਨਾ ਖਜ਼ਾਲੇ ਵਾਲੀ ਵੀ ਬੀਫ ਹੀ ਸੀਗੀ ਤੇ ਮੈਂ ਯਾਰ ਅਲੱਗ ਲੈਵਲ ਕਿਆ ਬਾਤ ਹੈ ਬੈਂਗਰ ਗਾਣਾ ਬੈਂਗ ਬਾਈ ਅੱਛਾ ਜਿਹੜਾ ਸਿੰਕਰਨਾਈਜੇਸ਼ਨ ਜਿੱਥੇ ਮੂਸੇ ਵਾਲਾ ਇੱਦਾਂ ਕਰਦਾ ਬੀਟ ਦੇ ਨਾਲ ਨਾਲ ਦੇਖੋ ਕਿੰਨਾ ਸਿੰਕ ਕਿੰਨਾ ਬੈਠਾ ਨਾਈਸ ਯਾਰ ਬਹੁਤ ਘੈਂਟ ਵੀਡੀਓ ਵੀ ਬਹੁਤ ਜ਼ਿਆਦਾ ਘੈਂਟ ਬਣਾਈ ਯਾਰ ਕੀ ਲਿਖਿਆ ਡਾਊਨ ਟੂ ਅਰਥ ਬਟ ਸਟਿਲ ਅਬਵ ਯੂ ਉੱਤੋਂ ਮਿਡਲ ਫਿੰਗਰ ਹੈਗੀ ਵਿੱਚ ਯਾਰ ਵੀਡੀਓ ਬਾਈ ਨਵਤੇ ਬਨ ਕਿਆ ਬਾਤ ਹੈ ਬਾਈ ਭਾਈ ਅਗਰ ਮੈਂ ਗੱਲ ਕਰਾਂ ਨਾ ਗਾਣੇ ਦੇ ਜਿਹੜਾ ਟਾਈਟਲ ਹੈਗਾ ਲੈਵਲਸ ਉਹਦੇ ਹਿਸਾਬ ਨਾਲ ਵਾਕਈ ਇਹਦੇ ਲੈਵਲ ਇੱਥੇ ਹੈ ਮਤਲਬ ਇਨ ਦਾ ਸੈਂਸ ਵਾਕਈ ਇੱਥੇ ਹੈ ਠੀਕ ਹੈ ਅਤੇ ਇੰਨਾ ਕੁ ਜ਼ਿਆਦਾ ਘੈਂਟ ਕੰਮ ਕੀਤਾ ਨਾ ਗਾਣੇ 'ਚ ਮੈਨੂੰ ਵੀਡੀਓਗ੍ਰਾਫੀ ਸ਼ੁਰੂ ਤੋਂ ਹੀ ਮੈਨੂੰ ਵੀਡੀਓ ਨੇ ਆਪਣੇ ਵੱਲ ਖਿੱਚ ਲਿਆ ਸੀਗਾ ਇੱਕ ਹੁੰਦਾ ਨਾ ਸਟਾਰਟਿੰਗ 'ਚ ਹੀ ਆਪਣੇ ਵੱਲ ਕੋਈ ਚੀਜ਼ ਖਿੱਚ ਲੈਂਦੀ ਆ ਤਾਂ ਵੀਡੀਓ ਨੇ ਸ਼ੁਰੂ ਤੋਂ ਹੀ ਆਪਣੇ ਵੱਲ ਖਿੱਚ ਲਿਆ ਸੀਗਾ ਐਂਡ ਕਿਆ ਹੀ ਲਿਰਿਕਸ ਕਿਆ ਹੀ ਗਾਇਆ ਬਾਈ ਮੂਸੇਵਾਲ ਦਾ ਫੈਨ ਆਪਾਂ ਰਹੇ ਹਾਂ ਸ਼ੁਰੂ ਤੋਂ ਮੈਂ ਵੀ ਹੈਗਾ ਐਂਡ ਬਾਈ ਨੈਕਸਟ ਲੈਵਲ ਦੇ ਉੱਤੇ ਲਿਰਿਕਸ ਜਿਹੜੇ ਸਨੀ ਮੰਟਨ ਵਾਲੇ ਸੀਗੇ ਉਹ ਵੀ ਬਹੁਤ ਜ਼ਿਆਦਾ ਘੈਂਟ ਸੀਗੇ ਕਿ ਮੈਂ ਸਭ ਕੁਝ ਖੋਜ ਜਿੰਨਾ ਮਰਜ਼ੀ ਖੋਦਾਂ ਤਾਂ ਵੀ ਮੈਨੂੰ ਸਭ ਕੁਝ ਤੇਰੇ ਤੋਂ ਜ਼ਿਆਦਾ ਹੈਗਾ ਹੈ ਨਾ ਅਤੇ ਦੂਜਾ ਮੂਸੇਵਾਲੇ ਦਾ ਅਲਟੀਮੇਟ ਬਾਈ ਜਦੋਂ ਨਾ ਪਿਓ ਦਾ ਪੁੱਛਦੇ ਨੇ ਨਾ ਸਿੱਧੂ ਦਾ ਲੈਂਦੇ ਨੇ ਬਾਈ ਅਲਟੀਮੇਟ ਇੱਕ ਇੱਕ ਚੀਜ਼ ਐਵੇਂ ਲਿਖੀ ਗਈ ਹੈ ਨਾ ਅਤੇ ਜਿਹੜਾ ਫਲੋ ਮੂਸੇਵਾਲਾ ਫੜਦਾ ਨਾ ਬਾਈ ਮੈਨੂੰ ਇਹ ਚੀਜ਼ ਨਾ ਕੁਛ ਨਵੀਂ ਹੱਟ ਕੇ ਹੁਣ ਮੂਸੇਵਾਲ ਨੇ ਕੀਤੀ ਇਸ ਤੋਂ ਪਹਿਲਾਂ ਆਪਾਂ ਨਹੀਂ ਉਹਨੂੰ ਇਸ ਜੋਨਰ 'ਚ ਦੇਖਿਆ ਬਟ ਇਹ ਹੁਣ ਆ ਰਿਹਾ ਸੋ ਐਂਡ ਇਹ ਚੀਜ਼ਾਂ ਨਾ ਚਾਹੀਦੀਆਂ ਹੁੰਦੀਆਂ ਨੇ ਟਾਈਮ ਬਾਅਦ ਨਾ ਤੁਹਾਨੂੰ ਥੋੜ੍ਹੀ ਚੀਜ਼ਾਂ ਨਾ ਥੋੜ੍ਹੀ ਚਾਹੀਦਾ ਹੁੰਦਾ ਕਿ ਹਾਂ ਯਾਰ ਕੁਛ ਵੱਖਰਾ ਦੇਖੀਏ ਇਸ ਵਾਰੀ ਯਾਰ ਸਿੱਧੂ ਨੂੰ ਕਿਸੇ ਵੱਖਰੇ ਉਹਦੇ ਦੇਖੀ ਕਿਰਦਾਰ 'ਚ ਇਸ ਵਾਰੀ ਵੱਖਰੇ ਕਿਸੇ ਜੋਨਰ 'ਚ ਦੇਖੀਏ ਅਸੀਂ ਸੋ ਉਹ ਚੀਜ਼ਾਂ ਨੇ ਐਂਡ ਬਹੁਤ ਜ਼ਿਆਦਾ ਘੈਂਟ ਕੰਮ ਬਹੁਤ ਜ਼ਿਆਦਾ ਵਧੀਆ ਅਤੇ ਜੇ ਤੁਹਾਨੂੰ ਰਿਐਕਸ਼ਨ ਵੀਡੀਓ ਵਧੀਆ ਲੱਗੀ ਤਾਂ ਬਾਈ ਸਾਰੇ ਨੇ ਲਾਈਕ ਕਰ ਦੇਣ ਸ਼ੇਅਰ ਜ਼ਰੂਰ ਕਰ ਦਿਓ ਅਤੇ ਦੂਜਾ ਜਿਹੜਾ ਮੈਂ ਥੋੜ੍ਹੀ ਜਿਹੀ ਗੱਲ ਕਰਨੀ ਸੀਗੀ ਥੋੜ੍ਹਾ ਮੈਨੂੰ ਲੱਗਦਾ ਟਾਈਮ ਜ਼ਿਆਦਾ ਹੋ ਗਿਆ ਬਟ ਇੱਕ ਮਿੰਟ ਦੀ ਗੱਲ ਕਰਾਂਗੇ ਜਿਹੜਾ ਤੁਹਾਨੂੰ ਪਤਾ ਕੱਲ੍ਹ ਉੱਥੇ ਮੂਸੇਵਾਲਾ ਦਾ ਸਿਸਟਮ ਹੋਇਆ ਜਿਹੜਾ ਅਪੋਨੈਂਟ ਖੜਾ ਸੀਗਾ ਅਤੇ ਨਾ ਨਹੀਂ ਲਵਾਂਗੇ ਕਿਸੇ ਦਾ ਪਤਾ ਸਾਰਿਆਂ ਨੂੰ ਹੀ ਹੈ ਅਤੇ ਉਹ ਬਾਈ ਬੰਦਾ ਰਿਸ਼ਵਤ ਫੜ ਲੈਂਦਾ ਫੜਿਆ ਗਿਆ ਸਾਰਿਆਂ ਨੂੰ ਪਤਾ ਚੱਲ ਗਿਆ ਐਂਡ ਉਹ ਜੇਲ੍ਹ ਜੂਲ ਦਾ ਵੀ ਸੀਨ ਬਣਿਆ ਬਟ ਮੈਂ ਕਹਿੰਦਾ ਜਿਹੜਾ ਡਿਸੀਜ਼ਨ ਲਿਆ ਆਮ ਆਦਮੀ ਪਾਰਟੀ ਨੇ ਬਹੁਤ ਵਧੀਆ ਡਿਸੀਜ਼ਨ ਐਟਲੀਸਟ ਵਧੀਆ ਲਿਆ ਕਿ ਹਾਂ ਬਈ ਨਹੀਂ ਇਹ ਚੀਜ਼ ਚੱਲੇਗੀ ਇੱਥੇ ਉਹ ਚੀਜ਼ ਵਧੀਆ ਸੀ ਬਟ ਐਟ ਦਾ ਸੇਮ ਟਾਈਮ ਜਿਹਨੇ ਜਿਹੜਾ ਟਰੈਕਟਰ ਧੁਰੂ ਰਿਹਾ ਸੀਗਾ ਆਸ਼ਾ ਵਿਚਾਰਾ ਮੈਂ ਸੁਣਿਆ ਉਹਦੀਆਂ ਸੀਲਾਂ ਵਗੈਰਾ ਹੋ ਗਿਆ ਕੰਮ ਉਹਦਾ ਪਿਸ਼ਟਨ ਪੁਸ਼ਟਨ ਬੋਲ ਗਿਆ ਉਹਦੇ ਅਤੇ ਨਾਟ ਗਿਆਰਾਂ ਹੁਣ ਲੈ ਗਿਆ ਦੁਬਾਰਾ ਖਿੱਚ ਕੇ ਅਤੇ ਉਹ ਕਹਿੰਦਾ ਨਾ ਇੱਕ ਬਾਰਡਰ ਲਾਈਨ 'ਤੇ ਜਦੋਂ ਟਰੈਕਟਰ ਪਹੁੰਚਦਾ ਉਦੋਂ ਨਾਟ ਗਿਆਰਾਂ ਨੇ ਉਦੋਂ ਖਿੱਚ ਕੇ ਲੈ ਗਿਆ ਅਤੇ ਛੱਡਿਆ ਨਹੀਂ ਕੱਖ ਨਹੀਂ ਛੱਡਿਆ ਅਤੇ ਸਵਾਦ ਆ ਗਿਆ ਅਤੇ ਕੁਝ ਨਾ ਕੁਝ ਬੈਕ ਆਉਂਦਾ ਬਾਈ ਕਰਮਾ ਕਰਮਾ ਆਉਂਦਾ ਵੀਰੇ ਵਾਪਸ ਕਿ ਤੁਸੀਂ ਕੀ ਕਰ ਰਹੇ ਹੋ ਅਤੇ ਤੁਹਾਨੂੰ ਕਿੱਥੇ
ਮਜ਼ਾ ਆ ਗਿਆ ਕੱਲ੍ਹ ਨੂੰ ਲਾਈ ਕੱਲ੍ਹ ਅਤੇ ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਮੈਂ ਨਿਊਜ਼ ਸੁਣੀ ਨਾ ਇੱਕ ਹੁੰਦਾ ਨਾ ਚਾਹ ਹੁੰਦਾ ਹੈ ਚੱਲ ਹਾਂ ਬਈ ਖੁਸ਼ੀ ਇਨ ਦਾ ਸੈਂਸ ਤਾਂ ਇੱਦਾਂ ਹੋਈ ਕਿ ਇਸ ਗੱਲ ਦੀ ਖੁਸ਼ੀ ਹੋਈ ਹੈ ਕਿ ਬਾਈ ਮੂਸੇਵਾਲੇ ਦਾ ਚਲੋ ਜਿਹੜਾ ਸੀਨ ਹੈ ਬਟ ਉਹਨੂੰ ਉਸ ਬੰਦੇ ਨੂੰ ਉਹਦੀ ਸਜ਼ਾ ਮਿਲ ਰਹੀ ਹੈ ਕਿ ਉਹਨੇ ਰਿਸ਼ਵਤ ਲਈ ਹੈ ਉਹ ਜ਼ਿਆਦਾ ਮੈਨੂੰ ਜ਼ਿਆਦਾ ਖੁਸ਼ੀ ਹੋ ਰਹੀ ਹੈ ਅਤੇ ਬਾਕੀ ਇੱਦਾਂ ਹੀ ਜੇ ਇਨਸਾਫ ਚੱਲਦਾ ਰਹੇ ਤਾਂ ਫਿਰ ਲੱਗਦਾ ਥੋੜ੍ਹਾ ਬਹੁਤ ਕੁਛ ਹੋ ਜਾਏਗਾ ਅੱਗੇ ਅਤੇ ਮਿਲਦੇ ਅਗਲੀ ਰਿਐਕਸ਼ਨ ਵੀਡੀਓ ਜੇ ਤੁਹਾਨੂੰ ਰਿਐਕਸ਼ਨ ਵਧੀਆ ਲੱਗੀ ਹੈ ਅਤੇ ਜੇ ਤੁਹਾਨੂੰ ਗੇਮਿੰਗ ਵਧੀਆ ਲੱਗਦੀ ਹੈ ਪਲੀਜ਼ ਮੇਕ ਸ਼ੋਰ ਕਰਿਓ ਲਾਈਕ ਐਂਡ ਸਬਸਕ੍ਰਾਈਬ ਤਾਂ ਤੱਕ ਲਈ ਬਾਏ ਬਾਏ ਟੇਕ ਕੇਅਰ ਦਿਸ ਸੈਟ ਸਾਈਨਿੰਗ ਆਫ ਜਸਕਰਨ ਸਿੰਘ ਸਤਿ ਸ਼੍ਰੀ ਅਕਾਲ।